ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ। ਕੈਨੇਡਾ 'ਚ ਕਰੈਨ ਡਿੱਗਣ ਕਾਰਨ ਵਾਪਿਆ ਭਿਆਨਕ ਹਾਦਸਾ, ਕਈ ਲੋਕਾਂ ਦੀ ਮੌਤ ਦਾ ਖਦਸ਼ਾ। ਤਾਜ਼ਾ ਵੱਡੀ ਖਬਰ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਅਤੇ ਜਿਨ੍ਹਾਂ ਨੇ ਆਨਲਾਈਨ ਸ਼ੋਪਿੰਗ ਕਰਨੀ ਹੈ, ਲਿੰਕ ਡਿਸਕ੍ਰਿਪਸ਼ਨ 'ਚ ਆ, ਤੁਸੀਂ ਆਨਲਾਈਨ ਸ਼ੋਪਿੰਗ ਕਰ ਸਕਦੇ ਹਾਂ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੋਲੋਨਾ ਸ਼ਹਿਰ ਵਿੱਚ ਸੋਮਵਾਰ ਨੂੰ ਇੱਕ ਕਰੈਨ ਹਾਦਸਾ ਵਾਪਰ ਗਿਆ। ਕਰੈਨ ਦੇ ਅਚਾਨਕ ਡਿੱਗਣ ਨਾਲ ਕਈ ਲੋਕ ਮਾਰੇ ਗਏ ਅਤੇ 3 ਹੋਰ ਜ਼ਖਮੀ ਹੋ ਗਏ। ਗਲੋਬਲ ਨਿਊਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਉਸਾਰੀ ਅਧੀਨ ਇੱਕ ਉੱਚੀ ਇਮਾਰਤ ਨਾਲ ਜੁੜੀਆਂ ਕਰੇਨ ਹਾਦਸਾ ਸੋਮਵਾਰ ਸਵੇਰ 11 ਵਜੇ ਵਾਪਰਿਆ ਅਤੇ ਕਰੇਨ ਨੇੜਲੀ ਇਮਾਰਤ ਅਤੇ ਇਸ ਦੇ ਕਾਰ 'ਤੇ ਡਿੱਗ ਪਈ। ਘਟਨਾ ਵਾਲੀ ਸਥਾਨ ਤੋਂ ਟੀਵੀ ਵੀਡੀਓ ਵਿੱਚ ਇਮਾਰਤ ਅਤੇ ਘੱਟੋ ਘੱਟ ਇੱਕ ਵਾਹਨ ਨੂੰ ਵੱਡਾ ਨੁਕਸਾਨ ਪਹੁੰਚਾਇਆ ਦੇਖਿਆ ਜਾ ਰਿਹਾ ਹੈ। ਸਾਵਧਾਨੀ ਦੇ ਤਹਿਤ ਇਮਾਰਤ ਦੇ ਆਲੇ ਦੁਆਲੇ ਦਾ 250 ਫੁੱਟ ਦਾ ਘੇਰਾ ਖਾਲੀ ਕਰ ਲਿਆ ਗਿਆ। ਇਸ ਹਾਦਸੇ ਕਾਰਨ ਲੋਕਾਂ ਅਤੇ ਜਾਇਦਾਦ ਨੂੰ ਹੋਣ ਵਾਲੇ ਖਤਰੇ ਦਾ ਜਵਾਬ ਵਿੱਚ ਸ਼ਹਿਰ ਦੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਇਸ ਦੇ ਕਾਰਨ ਬਹੁਤ ਸਾਰੇ ਲੋਕ ਮਰ ਗਏ ਅਤੇ ਕਈ ਜ਼ਖਮੀ ਹੋ ਗਏ, ਜਿਨ੍ਹਾਂ 'ਚ ਬਹੁਤ ਸਾਰੇ ਪੰਜਾਬੀ ਵੀ ਸ਼ਾਮਲ ਸੀ। ਖਬਰ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ